ਇਹਨਾਂ ਨੇ ਹੀ ਅੱਗੇ ਚਲਾਉਣਾ, ਮਨ ਲੰਮਾ ਚੱਲਦਾ ਜੀ ਪੰਦਰਾਂ ਵੀਹ ਕਿਲੇ ਕ੍ਰਾਂਤੀਕਾਰੀ ਇਹਨਾਂ ਸਾਰਿਆਂ ਨੇ ਵਿਚਾਰ ਜਿੰਨਾ ਚਿਰ ਪੰਜਾਬ ਦਾ ਝੋਨਾ ਨਹੀਂ ਚੱਕਿਆ ਚਾਹੇ 1509 ਆ ਜਾਏ ਨਹੀਂ ਚੱਕੀਆਂ ਜਾਂਦੀਆਂ ਉਹਨਾਂ ਚਿਰ ਬਾਅਦ ਦਾ ਝੋਨਾ ਨਹੀਂ ਜੇ ਵਪਾਰੀ ਨੇ ਦੇਖੋ ਇਹ ਗੱਲ ਦੀ ਗੱਲ ਹੈਗੀ ਹੈ ਕਿ ਪੰਜਾਬ ਦੇ ਵਿੱਚ ਜੇ ਅਸੀਂ ਸਮਝਦੇ ਹਾਂ ਪਰ ਪਹਿਲਾਂ ਪੰਜਾਬ ਬਾਹਰਲਾ ਝੋਨਾ ਸ਼ੁਰੂ ਹੋਇਆ ਅਤੇ ਪੰਜਾਬ ਦਾ ਚੱਕਣਾ ਬੰਦ ਹੋ ਗਿਆ ਗੋਰੀ ਵਾਲੇ ਦੱਸਿਆ ਅਤੇ ਰੇਟ ਵੀ ਘਟਾ ਦਿੱਤੇ ਇਹਦਾ ਨੁਕਸਾਨ ਜਿਹੜਾ ਪੰਜਾਬ ਸਭ ਕੁਝ ਦਿੱਤਾ ਹੈ ਕਿਉਂ ਨਹੀਂ ਸਰਕਾਰ ਉੱਥੇ ਇਸ ਰੇਟ 'ਤੇ ਚੱਕ ਰਹੀ ਕਿਉਂ ਯੂਪੀ ਤੋਂ ਐਮ ਪੀ ਤੋਂ ਕਿਉਂ ਇੰਨੀ ਦੂਰੋਂ ਬਿਹਾਰ ਤੱਕ ਝੋਨਾ ਕਿਉਂ ਇਸ ਕਰਕੇ ਇਹ ਫੈਸਲਾ ਲਿਆ ਗਿਆ ਬਿਮਾਰੀ ਹੈ ਜਿਹੜਾ ਪੰਜਾਬ ਵਾਲਾ 1500 ਇੱਕ ਤਾਂ ਇਹ ਹੈ ਇੱਕ ਅਗਲੀ ਗੱਲ ਜਿਹੜੀ ਹੈਗੀ ਹਰਿਆਣੇ ਦਾ ਹਰਿਆਣੇ ਦੇ ਜਿੰਨਾ ਦੀ ਰਾਹ ਪੰਜਾਬ ਦੇ ਦੀ ਰਾਹ ਹਰਿਆਣੇ ਦੇ ਨਾਲ ਨਾਲ ਉਹ ਉੱਥੇ ਜਿਹੜਾ ਕਿਸਾਨ ਹੈ ਉਹਨੇ ਸ਼ੈਲਰ 'ਚ ਲਾਉਣਾ ਚਾਹੇ ਮੰਡੀ 'ਚ ਲਾਉਣਾ ਉਹਨੂੰ ਤੀਜਾ ਜਿਹੜਾ ਅਸੀਂ ਇਹ ਬੇਨਤੀ ਕਰਦੇ ਹਾਂ ਵੱਖ ਵੱਖ ਜਿਹੜੇ ਬਾਰਡਰਾਂ ਦੇ ਪਾਕਿਸਤਾਨ ਵਾਲੇ ਪਾਸੇ ਵੀ ਉੱਧਰ ਅਕਾਲੀ ਵਾਲੇ ਪਾਸੇ ਜਾਂ ਪਟਿਆਲੇ ਵਾਲੇ ਪਾਸੇ ਜਿੱਥੇ ਜਿੱਥੇ ਵੀ ਸਾਨੂੰ ਬਾਰਡਰ ਲੱਗਦੇ ਆ ਉੱਥੇ ਸਾਡੇ ਕਿਸਾਨ ਬੈਠੇ ਵੀ ਉਹਨਾਂ ਨੂੰ ਅਪੀਲ ਕਰਦੇ ਵੀ ਜਿਹੜਾ ਵੀ ਝੋਨਾ ਬਾਹਰੋਂ ਆ ਰਿਹਾ ਉਹ ਝੋਨੇ ਵਾਲੀਆਂ ਗੱਡੀਆਂ ਨੇ ਇਸ ਮਸਲੇ 'ਤੇ ਮੇਰੀ ਦੇਖੋ ਅੱਜ ਸਵੇਰੇ ਗ੍ਰਹਿ ਮੰਤਰੀ ਰੰਧਾਵਾ ਉਹਨਾਂ ਨੇ ਗੱਲ ਤੁਸੀਂ ਬਿਆਨ ਦਿੱਤਾ ਸੀ ਵੀ ਅਸੀਂ ਜਿਹੜਾ ਵੀ ਬਾਹਰ ਜਿਹੜੇ ਵੀ ਸੁਧਰ ਆਪਣੇ ਜ਼ਿਲ੍ਹੇ ਦੇ ਵਿੱਚੋਂ ਨਿਕਲੂਗਾ ਉਹ ਜ਼ਿਲ੍ਹੇ ਦਾ ਡੀ ਸੀ ਹੁੰਦਾ ਅਤੇ ਉਹਨਾਂ ਨੂੰ ਹੁਣ ਤਾਂ ਸੈਂਕੜੇ ਹਜ਼ਾਰਾਂ ਗੱਡੀਆਂ ਆ ਰਹੀਆਂ ਉਹਨਾਂ ਵੀ ਪਿਆ ਉਹ ਕਹਿੰਦੇ ਵੀ ਅਸੀਂ ਭਾਈ ਵਾਲੇ ਡੀ ਸੀ ਦਾ ਵੀ ਗੱਲ ਕਰਦੇ ਹਾਂ ਵੀ ਅਸੀਂ ਨਹੀਂ ਆਉਂਦੇ ਉਹਨਾਂ ਨੇ ਇਹ ਕਿਹਾ ਬਾਕੀ ਇਹ ਅੱਗੇ ਦੇਖੋ ਸਰਕਾਰ ਕੀ ਕਰਦੀ ਮੇਰੀ ਸਰਕਾਰ ਦੀ ਕਹਿੰਦੇ ਕਿ ਸਰਕਾਰ ਨੇ ਇਹ ਬਿਆਨ ਦਿੱਤਾ ਹੈ ਕਿ ਅਸੀਂ ਕਿਸੇ ਪ੍ਰਕਾਰ ਦਾ ਝੋਨਾ ਪੰਜਾਬ ਦੇ ਵਿੱਚ ਨਹੀਂ ਆਉਣ ਦੇਵਾਂ ਜਾਂ ਪੰਜਾਬ ਦਾ ਝੋਨਾ ਨਹੀਂ ਚੱਕਿਆ ਤਾਂ ਫਿਰ ਉਹਨਾਂ ਦਾ ਜ਼ਿੰਮੇਵਾਰੀ ਆਪਣਾ ਵੀ ਅਸੀਂ ਮੋਰਚੇ ਨੂੰ ਵੀ ਅਪੀਲ ਕਰਦੇ ਹਾਂ ਉਹਨਾਂ ਨੂੰ ਫੈਸਲਾ ਲੈਣਾ ਚਾਹੀਦਾ ਉਹ ਵੀ ਆਪਣਾ ਫੈਸਲਾ ਲੈਣ ਜਿਵੇਂ ਤਿੰਨ ਜਥੇਬੰਦੀਆਂ ਇਹਨਾਂ ਦੇ ਵਿੱਚੋਂ ਇਸ ਫੈਸਲੇ 'ਤੇ ਖੜ੍ਹ ਗਈਆਂ ਕਿ ਅਸੀਂ ਨਹੀਂ ਆਉਣੀ ਤਾਂ ਸਾਰੀਆਂ ਜਿੰਨੀਆਂ 32 ਦੀਆਂ 32 ਜਥੇਬੰਦੀਆਂ ਉਹ ਵੀ ਇਹ ਫੈਸਲਾ ਕਰਨ ਵੀ ਹਾਂ ਜਿੰਨਾ ਚਿਰ ਪੰਜਾਬ ਦਾ ਝੋਨਾ ਨਹੀਂ ਚੱਕਿਆ ਉਹਨਾਂ ਚਿਰ ਪੰਜਾਬ ਦਾ ਝੋਨਾ ਪੰਜਾਬ ਦੇ ਵੀ ਯੂਪੀ ਬਿਹਾਰ ਜਾਂ ਜਿੰਨਾ ਚਿਰ ਸਾਡਾ ਨਹੀਂ ਚੱਕਿਆ ਜਿੰਨਾ ਚਿਰ ਪੰਜਾਬ ਦਾ ਝੋਨਾ ਨਹੀਂ ਚੱਕਿਆ ਉਹਨਾਂ ਚਿਰ ਇਹ ਫੈਸਲਾ ਉਹਨਾਂ ਚਿਰ ਬਾਹਰ ਦਾ ਕੋਈ ਵੀ ਨਹੀਂ ਪੰਜਾਬ 'ਚ